ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਗੁਰਾਇਆ ਦੇ ਹੱਥ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਸਕਾਰਪੀਓ ਸਵਾਰ ਦੋ ਨੌਜਵਾਨਾਂ ਨੂੰ 3 ਕਿਲੋ 600 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ। ਜਾਣਕਾਰੀ ਦਿੰਦੇ ਹੋਏ ਐਸਪੀ ਦੇਹਾਤੀ ਸਰਬਜੀਤ ਸਿੰਘ ਸਹੀਆ ਨੇ ਦੱਸਿਆ ਹੈ ਕਿ ਡੀਐਸਪੀ ਸਬ ਡਿਵੀਜ਼ਨ ਫਿਲੌਰ ਦਵਿੰਦਰ ਕੁਮਾਰ ਅਤਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਗੁਰਾਇਆ ਦੇ ਪ੍ਰਭਾਰੀ ਇੰਸਪੈਕਟਰ ਕੇਵਲ ਸਿੰਘ ਐਸਆਈ ਕੁਲਵੰਤ ਸਿੰਘ ਨੇ ਪੁਲਿਸ ਪਾਰਟੀ ਸੈੱਟ ਡੀਕੇ ਮੋਰੀਆ ਢਾਬਾ ਕੁਤਬੇਵਾਲ ਜੀਟੀ ਰੋਡ ਗੁਰਾਇਆ ਤੇ ਨਾਕਾਬੰਦੀ ਕੀਤੀ ਹੋਈ ਸੀ। ਉਸੇ ਸਮੇਂ ਇੱਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਆਈ ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ। ਗੱਡੀ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਆਰੋਪੀਆਂ ਨੂੰ ਕਾਬੂ ਕਰਨ ਵਿੱਚ ਸਫਲ ਰਹੀ। ਤਲਾਸ਼ੀ ਦੌਰਾਨ ਪੁਲਿਸ ਨੂੰ 3 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ। ਆਰੋਪੀਆਂ ਦੀ ਪਹਿਚਾਣ ਕਰਮਜੀਤ ਸਿੰਘ ਵਾਸੀ ਪਿੰਡ ਨਿੱਜਰ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਚੁੰਗ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਆਰੋਪੀਆਂ ਨੇ ਦੱਸਿਆ ਹੈ ਕਿ ਝਾਰਖੰਡ ਤੋਂ ਸਸਤੇ ਮੁੱਲ ਅਫੀਮ ਖਰੀਦ ਕੇ ਉਹ ਅੱਗੇ ਸਪਲਾਈ ਕਰਦੇ ਸਨ। ਫਿਲਹਾਲ ਪੁਲਿਸ ਨੇ ਆਰੋਪੀਆਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰ ਮਾਨਯੋਗ ਐਸਐਸਪੀ ਸ਼੍ਰੀ ਨਵਜੋਤ ਸਿੰਘ ਮਾਲ ਜੀ ਵੱਲੋਂ ਸਪੈਸ਼ਲ ਨਾਕੇਬੰਦੀਆਂ ਸੀਗੀਆਂ ਜਿਸ ਸੰਬੰਧ ਵਿੱਚ ਥਾਇਆਂ ਗੁਰਾਇਆਂ ਸਬ ਡਿਵੀਜ਼ਨ ਫਲੌਰ ਦੇ ਵਿੱਚ ਵੀ ਨਾਕਾ ਲਗਾਇਆ ਹੋਇਆ ਸੀਗਾ। ਇਸ ਦੌਰਾਨ ਨਾਕੇ 'ਤੇ ਇੱਕ ਸਕਾਰਪੀਓ ਗੱਡੀ ਆਈ ਜਿਸ ਨੂੰ ਨਾਕੇ ਵਾਲਿਆਂ ਨੇ ਇਨੀ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਨੂੰ ਰੋਕਿਆ। ਰੋਕਣ ਤੋਂ ਬਾਅਦ SHO ਸਰਦਾਰ ਕੇਵਲ ਸਿੰਘ ਜੀ ਔਰ DSP ਅਤਰੀ ਸਾਹਿਬ ਵੀ ਉੱਥੇ ਪਹੁੰਚੇ ਔਰ ਸਰਚ ਦੌਰਾਨ ਜਦੋਂ ਇਹਨਾਂ ਦੀ ਸਰਚ ਕੀਤੀ ਅਤੇ ਗੱਡੀ ਦੇ ਵਿੱਚ ਇੱਕ ਸਪੈਸ਼ਲ ਕੈਪਟੀ ਵੀ ਬਣੀ ਹੋਈ ਸੀ ਜਿਹੜੀ ਬ੍ਰੇਕ ਜਿੱਥੇ ਆਪਾਂ ਲਾਉਂਦੇ ਹਾਂ ਬ੍ਰੇਕ ਪੈਂਡਲ ਦੇ ਥੱਲੇ, ਜਦੋਂ ਪ੍ਰੋਪਰ ਸਰਚ ਕੀਤੀ ਤਾਂ ਟੋਟਲ 3 ਕਿਲੋ 600 ਗ੍ਰਾਮ OPM ਸਾਨੂੰ ਬਰਾਮਦ ਹੋਈ। ਜਿਸ ਸੰਬੰਧ ਵਿੱਚ ਅਸੀਂ FEA ਨੰਬਰ 186 NDPS ਐਕਟ ਦੇ ਤਹਿਤ ਅਸੀਂ FEA ਦਰਜ ਕੀਤੀ ਆ ਔਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ। ਜਿਹੜੇ ਦੋਸ਼ੀ ਹੈਗੇ ਆ ਇੱਕ ਦਾ ਨਾਂ ਕਰਮਜੀਤ ਹੈ ਅਤੇ ਦੂਸਰੇ ਦਾ ਨਾਂ ਗੁਰਪ੍ਰੀਤ ਆ ਔਰ ਇਹ ਝਾਰਖੰਡ ਤੋਂ ਇਹ OPM ਲੈ ਕੇ ਆਏ ਸੀ ਔਰ ਝਾਰਖੰਡ ਦੇ ਵਿੱਚ ਇਸ ਕਰਮਜੀਤ ਦਾ ਆਪਣਾ ਇੱਕ ਢਾਬਾ ਹੈਗਾ, ਉੱਥੇ ਢਾਬਾ ਚਲਾਉਂਦਾ ਹੈ ਔਰ ਉੱਥੋਂ ਲਿਆ ਕੇ ਇਹ ਸਪਲਾਈ ਕਰਦਾ ਸੀਗਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ, ਅੰਮ੍ਰਿਤਸਰ, ਤਰਨ ਤਾਰਨ ਏਰੀਆ, ਬਰਨਾਲਾ, ਲੁਧਿਆਣਾ, ਇਹਨਾਂ ਵੱਖ ਵੱਖ ਜਗ੍ਹਾ 'ਤੇ ਇਹ ਸਪਲਾਈ ਕਰਦਾ ਸੀ। ਪਿਛਲੇ ਜਿਹੜੀ ਹੁਣੇ ਪੁੱਛਗਿੱਛ ਦੇ ਦੌਰਾਨ ਜਿਹੜੀ ਗੱਲ ਸਾਹਮਣੇ, ਪਿਛਲੇ 1 ਸਾਲ ਤੋਂ ਇਹ ਕੰਮ ਕਰ ਰਿਹਾ ਸੀਗਾ ਅਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹਾਲੇ ਸਾਡੀ ਚੱਲ ਰਹੀ ਹੈ। ਢਾਬੇ ਤੋਂ ਜਿਹੜਾ ਲੈ ਰਿਹਾ ਹਾਲੇ ਪੁੱਛਗਿੱਛ ਅਸੀਂ ਕਰ ਰਹੇ ਹਾਂ, ਫਿਲਹਾਲ ਬਾਕੀ ਟੈਕਨੀਕਲੀ ਵੀ ਅਸੀਂ ਚੈੱਕ ਕਰਾਂਗੇ। ਫਿਲਹਾਲ ਹਾਲੇ ਜਿਹਨੇ ਪ੍ਰੋਪਰ ਦੱਸਿਆ ਨਹੀਂ, ਨਾ ਉਹਨੂੰ ਹਾਲੇ ਪ੍ਰੋਪਰ ਨਹੀਂ ਦੱਸੇ, ਉਹ ਵੀ ਹਾਲੇ ਅਸੀਂ ਕਾਰਡ ਚੈੱਕ ਕਰਾਂਗੇ। ਨਹੀਂ, ਰੂਟੀਨ ਚੈਕਿੰਗ ਸੀਗੀ, ਬਾਈ ਚੱਕਰ ਹੋ ਗਈ। ਜਿੱਦਾਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਸ਼ੱਕ 'ਚ ਜਦੋਂ ਪ੍ਰੋਪਰ ਸਰਚ ਕੀਤੀ SHO ਸਾਹਿਬ ਵੱਲੋਂ, ਡਿਪਟੀ ਸਾਹਿਬ ਵੱਲੋਂ ਆ ਕੇ ਮੌਕੇ 'ਤੇ, ਅਤੇ ਉਸ ਦੌਰਾਨ ਹੀ ਸਾਨੂੰ ਇਹ ਰਿਕਵਰੀ ਹੋਈ। ਇੱਕ ਸਾਲ ਤੋਂ ਕਰ ਰਿਹਾ ਸੀ, ਹੁਣ ਐਵਰੇਜ ਲਾ ਲਈਏ 5-7 ਗੇੜੇ ਤਾਂ ਨਹੀਂ ਲਾਏ ਹੋਣਗੇ। ਫਿਲਹਾਲ ਇਹ ਦੋਨੋਂ ਹੀ ਹੈ, ਫਰਦਰ ਇਨਵੈਸਟੀਗੇਸ਼ਨ ਕੋਈ ਨਵਾਂ ਆਊਗਾ ਤਾਂ ਉਹ ਵੀ ਐਡ ਕਰਾਂਗੇ। ਸਾਂਝ ਟੀਵੀ ਲਈ ਰਵੀ ਗਿੱਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।